ਅਪੈਂਡਿਕਸ ਬਾਰੇ ਆ ਗਿਆ ਹੁਣ ਕਿ ਅਪੈਂਡਿਕਸ ਇੰਨੀ ਬਿਊਟੀਫੁਲ ਚੀਜ਼ ਹੈ ਕਿ ਜਦੋਂ ਤੁਸੀਂ ਐਂਟੀਬਾਇਓਟਿਕ ਖਾਂਦੇ ਹੋ ਤਾਂ ਅਪੈਂਡਿਕਸ ਦੇ ਅੰਦਰ ਜਿਹੜੇ ਕੀਟਾਣੂ ਲੁਕਣਾ ਚਾਹੁੰਦੇ ਆ ਤੁਹਾਡੀ ਜਾਗ ਦੇ ਤੌਰ 'ਤੇ ਉਹ ਲੁਕ ਜਾਂਦੇ ਆ, ਉੱਥੇ ਕੋਈ ਅਸਰ ਨਹੀਂ ਕਰਦਾ ਐਂਟੀਬਾਇਓਟਿਕ। ਤੁਸੀਂ ਐਂਟੀਬਾਇਓਟਿਕ ਖਾ ਲਿਆ, ਤੁਹਾਡੇ ਅੰਤਰੀਆਂ ਦੇ ਸਾਰੇ ਜੀਵ ਮਰ ਗਏ, ਤੁਹਾਡੇ ਦੋਸਤ ਜਿਹੜੇ 10 ਕਰੋੜ ਮਰ ਗਏ, ਲੇਕਿਨ ਅਪੈਂਡਿਕਸ ਦੇ ਅੰਦਰ ਲੁਕੋ ਲੈਂਦੀ ਬਾਡੀ ਉਹ, ਔਰ ਜਦੋਂ ਤੁਸੀਂ ਐਂਟੀਬਾਇਓਟਿਕ ਬੰਦ ਕਰੋਗੇ ਉਹ ਆਪਣੀ ਜਾਗ ਫਿਰ ਲਾ ਦੇਗੀ, ਉਹ ਫਿਰ ਦੁਬਾਰਾ ਫਿਰ ਤੋਂ ਫਲ ਜਾਣਗੇ। ਜਿਹਨੂੰ ਕਹਿੰਦੇ ਨਾ ਯੂਜ਼ਲੈਸ ਔਰਗਨ, ਇਹਦੇ ਦਾ ਕੋਈ ਮਤਲਬ ਨਹੀਂ ਹੈ, ਐਵੇਂ ਪਤਾ ਨਹੀਂ ਕਿਉਂ ਮਤਲਬ ਪਾ ਰੱਖਿਆ। ਉਹਦੀ ਵੀ ਖੋਜ ਹੋ ਗਈ ਕਿ ਅਪੈਂਡਿਕਸ ਜਿਹੜੀ ਆ ਜਦੋਂ ਉਹਦੇ ਅੰਤਰੀਆਂ ਦੇ ਅੰਦਰ ਕੋਈ ਜ਼ਹਿਰ ਆਉਂਦਾ ਐਡਾ ਸਟਰੋਂਗ ਕਿ ਉਹ ਬਾਕੀ ਜੀਵਾਂ ਨੂੰ ਮਾਰ ਰਿਹਾ, ਫਿਰ ਤੋਂ 10 ਕਰੋੜ ਬੈਠੀਆਂ, ਤਾਂ ਉਹਦੇ ਅੰਦਰ ਜਾ ਕੇ ਅਪੈਂਡਿਕਸ ਲੁਕ ਜਾਂਦੇ ਆ ਉਹ ਕੁਛ, ਤਾਂ ਕਿ ਉਹ ਜਾਗ ਟਾਈਪ ਉਹਦੇ ਅੰਦਰ ਬਚਿਆ ਰਹਿੰਦਾ। ਅਤੇ ਜਦੋਂ ਉਹ ਮਾਹੌਲ ਠੀਕ ਦੇਖਦੇ ਹੋ ਫਿਰ ਉਹ ਜਾਗ ਫਿਰ ਆ ਜਾਂਦੀ ਹੈ, ਅਤੇ ਜਾਗ ਜਦੋਂ ਆ ਗਈ ਫਿਰ ਤੋਂ ਮਲਟੀਪਲਾਈ ਕਰ ਜਾਂਦੇ ਆ। ਉਹਦੇ ਨਾਲ ਕੀ ਹੁੰਦਾ ਕਿ ਬੰਦਾ ਬਹੁਤ ਜਲਦੀ ਰਿਕਵਰ ਕਰ ਜਾਂਦਾ। ਅਤੇ ਅਸੀਂ ਇੱਥੇ ਮਤਲਬ ਹੁਣ ਤੱਕ ਅੰਡਰਸਟੈਂਡਿੰਗ ਇਹ ਦੇਈ ਜਾਂਦੀ ਜੇ ਅਪੈਂਡਿਕਸ ਹੈ ਫਾਲਤੂ ਦਾ ਆਰਗਨ ਹੈ, ਉਹ ਕੋਈ ਸਾਡੇ ਮੰਦਰਾਂ ਮੁੰਦਰਾਂ ਦੂਜੇ ਮੱਝਾਂ ਗਾਵਾਂ ਸੀਗਾ ਉੱਥੋਂ ਚੱਲਿਆ ਆ ਰਿਹਾ, ਇਸ ਮੁਲਕ 'ਚ ਦਾ ਕੋਈ ਮਤਲਬ ਨਹੀਂ, ਉਹ ਵੀ ਗੱਲ ਸਿੱਧ ਹੋ।